ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਵੈਲਕਮ ਹੈ ਜੀ ਮੇਰੇ ਚੈਨਲ 'ਤੇ। ਫਰੈਂਡਸ, ਅੱਜ ਆਪਾਂ ਦਾਲ ਵਾਲੀ ਰੋਟੀ ਬਣਾ ਰਹੇ ਹਾਂ। ਰਾਤ ਹੈ ਜਿਹੜੀ ਆਪਾਂ ਮਾਂ ਛੋਲਿਆਂ ਦੀ ਦਾਲ ਬਣਾਈ ਸੀ, ਸੋ ਬਚ ਗਈ ਸੀ, ਅਤੇ ਹੁਣ ਆਪਾਂ ਦਾਲ ਵਾਲੀਆਂ ਰੋਟੀਆਂ ਬਣਾ ਰਹੇ ਹਾਂ ਇਹਦੀਆਂ। ਸੋ ਉਹਦੇ ਲਈ ਆਪਾਂ ਆਟਾ ਛਾਣ ਕੇ ਪਹਿਲੇ ਰੱਖ ਲਿਆ ਇੱਥੇ ਇਸ ਤਰ੍ਹਾਂ। ਅਤੇ ਹੁਣ ਆਪਾਂ ਕੀ ਕਰਾਂਗੇ ਕਿ ਜਦੋਂ ਵੀ ਆਪਾਂ ਦਾਲ ਵਾਲੀਆਂ ਰੋਟੀਆਂ ਬਣਾਉਣੀਆਂ ਫਰੈਂਡਸ, ਤਾਂ ਉਹਦੇ ਵਿੱਚ ਆਪਾਂ ਨਮਕ ਮਿਰਚਾ ਜਿਹੜਾ ਥੋੜ੍ਹਾ ਜਿਹਾ ਹੋਰ ਐਡ ਕਰ ਲੈਂਦੇ ਹਾਂ, ਕਿਉਂਕਿ ਜਦੋਂ ਆਟੇ ਦੇ ਵਿੱਚ ਆਪਾਂ ਦਾਲ ਪਾਉਂਦੇ ਹਾਂ ਤਾਂ ਫਿਰ ਨਮਕ ਮਿਰਚਾ ਜਿਹੜਾ ਥੋੜ੍ਹਾ ਜਿਹਾ ਘੱਟ ਰਹਿ ਜਾਂਦਾ। ਸੋ ਇਸ ਲਈ ਆਪਾਂ ਪਹਿਲਾਂ ਨਮਕ ਮਿਰਚ ਐਡ ਕਰਾਂਗੇ। ਥੋੜ੍ਹੀਆਂ ਜਿਹੀਆਂ ਆਪਾਂ ਮਿਰਚਾਂ ਪਾਵਾਂਗੇ ਆਟੇ ਦੇ ਵਿੱਚ, ਅਤੇ ਟੇਸਟ ਅਕੋਰਡਿੰਗ ਆਪਾਂ ਨਮਕ ਪਾਵਾਂਗੇ, ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਦਾਲ ਦੇ ਵਿੱਚ ਵੀ ਹੈਗਾ। ਸੋ ਹੁਣ ਆਪਾਂ ਇਹਨੂੰ ਨਮਕ ਮਿਰਚ ਨੂੰ ਚੰਗੀ ਤਰ੍ਹਾਂ ਜਿਹੜਾ ਇਹਦੇ ਵਿੱਚ ਆਟੇ ਦੇ ਮਿਲਾ ਲਾਂਗੇ। ਇਹ ਆਪਣੇ ਕੋਲ ਮਾਂ ਛੋਲਿਆਂ ਦੀ ਦਾਲ ਹੈ ਫਰੈਂਡਸ, ਹੁਣ ਆਪਾਂ ਇਹਨੂੰ ਇਹਦੇ ਵਿੱਚ ਥੋੜ੍ਹੀ ਥੋੜ੍ਹੀ ਕਰਕੇ ਪਾਵਾਂਗੇ, ਜਿੰਨੀ ਕੁ ਆਪਾਂ ਨੂੰ ਲੋੜ ਹੈ। ਸੋ ਇੱਕ ਆਰਾਮ ਨਾਲ ਸਾਰੀ ਪਾਓ। ਸੋ ਇਸ ਤਰ੍ਹਾਂ ਚੰਗੀ ਤਰ੍ਹਾਂ ਆਟਾ ਗੁੰਨਾਂਗੇ ਵਧੀਆ। ਜਿਹੜੀ ਬਾਕੀ ਬਚੀ ਦਾਲ ਸੀ ਉਹ ਵੀ ਪਾ ਦਿਆਂਗੇ। ਜੇ ਤੁਸੀਂ ਰੋਟੀਆਂ ਦਾ ਕਲਰ ਥੋੜ੍ਹਾ ਜਿਹਾ ਵੀ ਮਤਲਬ ਵਧੀਆ ਲੱਗੇ ਤਾਂ ਥੋੜ੍ਹੀ ਜਿਹੀ ਹਲਦੀ ਹੋਰ ਵੀ ਐਡ ਕਰ ਸਕਦੇ ਹੋ। ਸੋ ਇਸ ਤਰ੍ਹਾਂ ਸਾਰੀ ਦਾਲ ਨੂੰ ਚੰਗੀ ਤਰ੍ਹਾਂ ਜਿਹੜਾ ਇਹਦੇ ਵਿੱਚ ਮਿਲਾ ਦਿਆਂਗੇ ਆਪਾਂ। ਪਾਣੀ ਦੀ ਆਪਾਂ ਨੂੰ ਥੋੜ੍ਹੀ ਜਿਹੀ ਲੋੜ ਹੋਊਗੀ। ਸੋ ਥੋੜ੍ਹਾ ਜਿਹਾ ਪਾਣੀ ਪਾ ਕੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਵਧੀਆ ਗੁੰਨ ਲਾਂਗੇ ਨਰਮ। ਹੁਣ ਇਸ ਤਰ੍ਹਾਂ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਟਾ ਗੁੰਨਾਂਗੇ ਵਧੀਆ। ਸੋ ਫਰੈਂਡਸ, ਹੁਣ ਆਪਣਾ ਆਟਾ ਇਸ ਤਰ੍ਹਾਂ ਗੁੱਝ ਚੁੱਕਿਆ, ਆਪਾਂ ਥੋੜ੍ਹਾ ਜਿਹਾ ਹੋਰ ਪਾਣੀ ਲਗਾ ਕੇ ਇਸ ਤਰ੍ਹਾਂ ਦੋਨੇ ਹੱਥਾਂ ਨਾਲ ਜਿਵੇਂ ਆਟੇ ਨੂੰ ਮੁੱਕੀ ਦਿੰਦੇ ਹਾਂ ਨਾ, ਵਧੀਆ ਇਹਨੂੰ ਨਰਮ ਕਰ ਲਾਂਗੇ, ਗੁੰਨ ਕੇ ਇਸ ਤਰ੍ਹਾਂ। ਲਓ ਜੀ, ਆਟਾ ਆਪਣਾ ਤਿਆਰ ਹੋ ਗਿਆ ਰੋਟੀਆਂ ਪਕਾਉਣ ਵਾਸਤੇ, ਬਿਲਕੁਲ ਵਧੀਆ। ਸੋ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਨਾ ਇਹਨੂੰ 5 ਤੋਂ 7 ਮਿੰਟ ਰੈਸਟ ਕਰਨ ਲਈ ਰੱਖ ਦਿਆਂਗੇ ਆਪਾਂ, ਵਧੀਆ ਪਾਉਣੇ ਨਾਲ ਢੱਕ ਕੇ। ਸੋ ਇਸ ਤਰ੍ਹਾਂ ਇਹਨੂੰ ਰੱਖ ਦਿਆਂਗੇ। ਸੋ ਹੁਣ ਫਰੈਂਡਸ, ਆਪਣੇ ਆਟੇ ਨੂੰ ਜਿਹੜਾ 7 ਤੋਂ 8 ਮਿੰਟ ਹੋ ਗਏ ਇਸ ਤਰ੍ਹਾਂ ਵਧੀਆ ਪਏ ਨੂੰ, ਅਤੇ ਹੁਣ ਆਪਾਂ ਥੋੜ੍ਹਾ ਜਿਹਾ ਇਹਦੇ 'ਤੇ ਰਿਫਾਇੰਡ ਲਗਾ ਕੇ ਇਸ ਤਰ੍ਹਾਂ ਘਿਓ ਲਗਾ ਕੇ, ਜਿਹੜਾ ਵੀ ਤੁਸੀਂ ਰੋਟੀਆਂ ਪਕਾਉਣ ਲਈ ਬਣਾਉਣੇ ਹੋ ਉਹਨੂੰ ਲਗਾ ਕੇ ਇਸ ਤਰ੍ਹਾਂ ਇਹਨੂੰ ਮੁੱਕੀ ਦੇ ਦਿਆਂਗੇ ਵਧੀਆ। ਇੱਕ ਵਾਰੀ ਫਿਰ ਮੁੱਕੀ ਦੇ ਦਿਆਂਗੇ ਵਧੀਆ ਇਸ ਤਰ੍ਹਾਂ। ਬ੍ਰੇਕਫਾਸਟ ਲਈ ਬਹੁਤ ਹੀ ਵਧੀਆ ਰਹਿੰਦੀਆਂ ਨੇ ਫਰੈਂਡਸ ਸੁਬਹਾ ਦੇ ਨਾਸ਼ਤੇ ਲਈ ਇਹ ਰੋਟੀਆਂ। ਸੋ ਤੁਸੀਂ ਦਹੀਂ ਨਾਲ ਚਾਹ ਨਾਲ ਖਾ ਸਕਦੇ ਹੋ ਇਹਨਾਂ ਨੂੰ, ਸੋ ਈਜ਼ੀਲੀ ਬਣ ਜਾਂਦੀਆਂ। ਇਸ ਤਰ੍ਹਾਂ ਮੁੱਕੀ ਦੇ ਦਈਏ ਆਪਾਂ ਆਟੇ ਨੂੰ। ਹੁਣ ਆਪਾਂ ਰੋਟੀਆਂ ਨੂੰ ਵੇਲਾਂਗੇ। ਸੋ ਫਰੈਂਡਸ, ਹੁਣ ਆਪਾਂ ਪੇੜੇ ਕਰਾਂਗੇ ਇਸ ਤਰ੍ਹਾਂ। ਰੋਟੀਆਂ ਆਪਾਂ ਜਦੋਂ ਵੀ ਇਸ ਤਰ੍ਹਾਂ ਦਾਲ ਵਾਲੀਆਂ ਬਣਾਉਣੀ ਆ ਤਾਂ ਥੋੜ੍ਹੀਆਂ ਜਿਹੀਆਂ ਮੋਟੀਆਂ ਹੀ ਰੱਖਦੇ ਹਾਂਗੇ, ਕਿਉਂਕਿ ਜਿੰਨੀ ਮੋਟੀ ਥੋੜ੍ਹੀ ਜਿਹੀ ਰੋਟੀ ਹੁੰਦੀ ਹੈ ਨਾ ਉੱਨੀ ਉਹ ਵਧੀਆ ਨਰਮ ਬਣਦੀ ਹੈ। ਸੋ ਆਪਾਂ ਏਡਾ ਪੇੜਾ ਲਵਾਂਗੇ ਨੋਰਮਲ ਰੋਟੀ ਤੋਂ ਥੋੜ੍ਹਾ ਜਿਹਾ ਵੱਡਾ। ਸੋ ਇਸ ਤਰ੍ਹਾਂ ਰੋਟੀਆਂ ਨੂੰ ਆਪਾਂ ਵਧੀਆ ਵੇਲ ਲਾਂਗੇ। ਸੋ ਇਸ ਤਰ੍ਹਾਂ ਫਰੈਂਡਸ, ਆਪਣੀ ਰੋਟੀ ਹੈ ਜਿਹੜੀ ਵੇਲ ਚੁੱਕੀ ਹੈ, ਤਵਾ ਆਪਣਾ ਪਹਿਲਾਂ ਗਰਮ ਹੋ ਚੁੱਕਿਆ, ਤਾਂ ਰੋਟੀ ਪਾ ਦਿਆਂਗੇ ਤਵੇ 'ਤੇ। ਸੋ ਉਸ ਤਰ੍ਹਾਂ ਹੀ ਆਪਾਂ ਜਿਹੜੀ ਦੂਜੀਆਂ ਰੋਟੀਆਂ ਤਿਆਰ ਕਰਾਂਗੇ ਜੀ। ਤੁਸੀਂ ਚਾਹੋ ਤਾਂ ਇਹਨਾਂ ਨੂੰ ਪਰੌਂਠੇ ਦੀ ਸ਼ੇਪ ਵੀ ਦੇ ਸਕਦੇ ਹੋ, ਯਾਨੀ ਕਿ ਸਿਕਿਓਰ ਬਣਾ ਸਕਦੇ ਹੋ ਜਾਂ ਟ੍ਰਾਈਐਂਗਲ ਵੀ ਬਣਾ ਸਕਦੇ ਹੋ। ਸੋ ਆਪਾਂ ਰੋਟੀਆਂ ਦੀ ਤਰ੍ਹਾਂ ਇਹਨਾਂ ਨੂੰ ਬਿਲਕੁਲ ਰਾਊਂਡ ਬਣਾਵਾਂਗੇ।
ਇਹ ਰੋਟੀ ਆਪਾਂ ਵੇਲ ਕੇ ਰੱਖ ਲਾਂਗੇ, ਦੂਜੀ ਰੋਟੀ ਨੂੰ ਆਪਾਂ ਘਿਓ ਲਗਾ ਕੇ ਵਧੀਆ ਜਿਹੜਾ ਸੋ ਇਸ ਤਰ੍ਹਾਂ ਜਿਹੜਾ ਆਪਾਂ ਘਿਓ ਲਗਾ ਕੇ ਨਾ ਰੋਟੀ ਨੂੰ ਵਧੀਆ ਦੂਜੇ ਪਾਸੇ ਵੀ ਘਿਓ ਲਗਾਵਾਂਗੇ ਜਿਵੇਂ ਆਪਾਂ ਪਰੌਂਠੇ ਬਣਾਉਣੇ ਆ। ਤੁਸੀਂ ਨਾ ਕੰਨੀਆਂ ਦੇ ਘਿਓ ਜ਼ਰੂਰ ਲਗਾਓ ਕਿਉਂਕਿ ਜਦੋਂ ਕੰਨੀਆਂ ਦੇ ਆਪਾਂ ਘਿਓ ਲਗਾ ਕੇ ਪਲਟਦੇ ਹਾਂ ਫਿਰ ਆਪਾਂ ਰੋਟੀ ਨੂੰ ਜਾਂ ਪਰੌਂਠੇ ਨੂੰ ਫਿਰ ਉਹ ਕੱਚੀ ਨਹੀਂ ਰਹਿੰਦੀ ਕੰਨੀਆਂ, ਸੋ ਵਧੀਆ ਪੱਕ ਜਾਂਦੀ ਆ। ਦੂਜੀ ਸਾਈਡ ਵੀ ਪਲਟ ਦਿਆਂਗੇ ਇਸ ਤਰ੍ਹਾਂ। ਫਰੈਂਡਸ ਹੁਣ ਆਪਣੀ ਆ ਜਿਹੜੀ ਇਸ ਤਰ੍ਹਾਂ ਜੀ ਥਾਲ ਬਿਲਕੁਲ ਪਲੇਟ ਆ ਜਿਹੜੀ ਤਿਆਰ ਹੋ ਚੁੱਕੀ ਆ। ਪਿਆਜ਼ ਚੀਰ ਲਏ ਨੇ ਆਪਾਂ, ਰੋਟੀ ਉੱਪਰ ਮੱਖਣੀ ਰੱਖ ਦਾਂਗੇ, ਦਹੀਂ ਪਾ ਲਈ ਹੈ, ਸੋ ਬਿਲਕੁਲ ਰੈਡੀ ਹੈ ਜੀ ਖਾਣ ਵਾਸਤੇ। ਇੰਜੋਏ ਕਰੋ ਤੁਸੀਂ ਇਸ ਰੈਸਪੀ ਨੂੰ, ਦੂਜੀਆਂ ਰੋਟੀਆਂ ਆਪਾਂ ਬਣਾਉਣੇ ਹੈ। ਸੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮੱਚ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਵਾਸਤੇ।